ਦੇ ਅੰਦਰ ਜੀਐਸਟੀ ਨੂੰ ਲੈ ਕੇ ਵਪਾਰੀਆਂ ਦੇ ਅੰਦਰ ਕਾਰਖਾਨੇਦਾਰਾਂ ਦੇ ਅੰਦਰ ਆਮ ਲੋਕਾਂ ਦੇ ਅੰਦਰ ਬਹੁਤ ਭਾਰੀ ਅਤਰਾਜ ਜਤਾਇਆ ਜਾ ਰਿਹਾ ਹੈ ਔਰ ਜੀਐਸਟੀ ਨੇ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਤੇ ਆ ਬੇੜਾਗਰ ਕਰਕੇ ਕਾਰੋਬਾਰ ਦਾ ਰਖਿਆ ਹੈ ਔਰ ਜਿਹੜੇ ਝੂਠੇ ਸੁਪਨੇ ਝੂਠੇ ਵਾਦੇ ਕੇਂਦਰ ਦੀ ਸਰਕਾਰ ਨੇ ਸਟੇਟਾਂ ਨਾਲ ਕੀਤੇ ਔਰ ਇਹ ਗੱਲ ਕਹੀ ਉਹਨਾਂ ਨੇ ਕਿ ਅਸੀਂ 1400 ਕਰੋੜ ਰੁਪਇਆ ਤੁਹਾਡਾ ਰੈਵਨਿਊ ਘਟ ਹੋਵੇ ਰੈਵਨਿਊ ਵੱਧ ਹੋਵੇ ਉਹ ਕੇਂਦਰ ਦੀ ਸਰਕਾਰ ਲੰਮ ਸਮ ਪੇ ਕਰੇਗੀ ਉਹਦੇ ਬਾਅਦ ਕੇਂਦਰ ਦੀ ਸਰਕਾਰ ਮੁੱਕਰ ਗਈ ਅਜ 3600 ਕਰੋੜ ਰੁਪਇਆ ਪੰਜਾਬ ਦਾ ਕੇਂਦਰ ਵੱਲ ਬਕਾਇਆ ਹੈ ਔਰ ਪੰਜਾਬ ਦੇ ਹਾਲਾਤ ਪਹਿਲੇ ਹੀ ਤੁਸੀਂ ਜਾਣਦੇ ਹੋ ਕਿ 10 ਸਾਲ ਦੇ ਸਮੇਂ ਦੀ ਸਰਕਾਰ ਨੇ ਪੰਜਾਬ ਦੇ ਹਾਲਾਤ ਨੂੰ ਬਦਲਣੋਂ ਬੱੱਤਰ ਕਰਕੇ ਰੱਖਿਆ ਔਰ ਇਸੇ ਲਈ ਕੱਲ ਪੰਜਾਬ ਕਾਂਗਰਸ ਨੇ ਇਹ ਫੈਸਲਾ ਕੀਤਾ ਕਿ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਕਾਰਖਾਨੇਦਾਰਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਲੈ ਕੇ ਇਥੋਂ ਦੇ ਸਾਰੇ ਐਮਐਲਏ ਸਾਰੇ ਵਿਧਾਇਕ ਔਰ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਅੰਦਰ ਪੰਜਾਬ ਕਾਂਗਰਸ ਇੱਕ ਕੇਂਦਰ ਸਰਕਾਰ ਦੇ ਖਿਲਾਫ ਵੱਡਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਔਰ ਇਹ ਜਿਹੜਾ ਅਸੀਂ ਨਾਰਾ ਦਿੱਤਾ ਕਿ ਜਿਹੜਾ ਗੱਬਰ ਸਿੰਘ ਟੈਕਸ ਗੱਬਰ ਸਿੰਘ ਟੈਕਸ ਜਿਹੜਾ ਮੋਤੀ ਸਾਹਿਬ ਨੇ ਇਹ ਲੋਕਾਂ ਦੇ ਉੱਪਰ ਦੇਸ਼ ਦੇ ਲੋਕਾਂ ਦੇ ਉੱਪਰ ਗੱਬਰ ਸਿੰਘ ਟੈਕਸ ਥੋਪਿਆ ਹੈ ਔਰ ਅਸੀਂ ਪੰਜਾਬ ਵਾਲੇ ਉਸ ਗੱਬਰ ਸਿੰਘ ਨੂੰ ਸਿਨਿਆ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਗੱਬਰ ਸਿੰਘ ਪਾਗਲ ਕੁੱਤਿਆਂ ਨੂੰ ਰੋਟੀ ਪਾਣਾ ਬੰਦ ਕਰ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਨੇ ਹੁਣ ਡਰਨਾ ਤੇ ਚੁਕਣਾ ਬੰਦ ਕਰ ਦਿੱਤਾ ਹੈ ਤੇ ਪੰਜਾਬ ਦੇ ਲੋਕ ਇਹ ਇਕੱਠੇ ਹੋ ਕੇ ਛੜਕਾਂ ਦੇ ਉੱਤਰਨਗੇ ਕਾਂਗਰਸ ਪਾਰਟੀ ਛੜਕਾਂ ਦੇ ਲੋਕਾਂ ਦੀ ਅਗਵਾਈ ਕਰੇਗੀ ਲੋਕਾਂ ਦਾ ਸਾਥ ਦੇਗੀ ਔਰ ਪਹਿਲੇ ਨੋਟਬੰਦੀ ਫਿਰ ਜੀਐਸਟੀ ਇਹ ਇਹਨਾਂ ਨੇ ਦੇਸ਼ ਦਾ ਅੱਜ ਬੁਰਾ ਹਾਲ ਕਰਕੇ ਰੱਖਿਆ ਇਹਦੇ ਖਿਲਾਫ ਪੰਜਾਬ ਕਾਂਗਰਸ ਅੰਮ੍ਰਿਤਸਰ ਦੇ ਹਲ ਬਾਜ਼ਾਰ ਦੇ ਵਿੱਚ ਕੱਲ 11 ਵਜੇ ਧਰਨਾ ਪ੍ਰਦਰਸ਼ਨ ਕਰੇਗੀ ਔਰ ਕੇਂਦਰ ਦੇ ਖਿਲਾਫ ਰੋਡ ਮਾਰਚ ਕਰੇਗੀ